ਆਉਂਦੇ ਮੈਨੂੰ ਗੱਲ ਬੋਲਣੀ ਨਹੀਂ ਚਾਹੀਦੀ ਸੀ ਉਹ, ਪਰ ਮੈਂ ਪਤਾ ਨਹੀਂ ਉਹ ਗੱਲ ਚੱਲਦੀ ਸੀ, ਡਰ ਦੀ ਗੱਲ ਚੱਲਦੀ ਸੀ, ਮੈਂ ਬੋਲ ਬੈਠਾ। ਉਹ ਬੜੇ ਲੋਕਾਂ ਨੇ ਸਵਾਲ ਵੀ ਕੀਤੇ, ਉਹ ਜਮਾਂ ਸੱਚੀ ਸੁੱਚੀ ਗੱਲ ਸੀ। ਉਹ ਇੱਥੇ ਗਰਾਇਆਂ ਦੇ ਨੇੜੇ ਸੀ ਜੀ, ਉੱਥੇ ਰਾਤ ਮੈਂ ਅੰਮ੍ਰਿਤਸਰੋਂ ਗਾ ਕੇ ਆਇਆ ਸੀ ਉਸ ਰਾਤ, ਤਾਂ ਫਗਵਾੜੇ ਤੋਂ ਗਰਾਇਆਂ ਦੇ ਸੰਨ ਜਿਹੇ 'ਚ ਪੰਜ ਭਰਾ ਖੜੇ ਸੀ। ਉਹ ਰਾਤ ਨੂੰ ਚੋਰੀ ਕਰਨ ਵਾਲੇ ਭਰਾ ਸੀ ਸਾਰੇ, ਲੁੱਟਣ ਵਾਲੇ। ਉਹਨਾਂ ਨੇ ਮੈਨੂੰ ਹੱਥ ਦਿੱਤਾ, ਮੈਂ ਇਕੱਲਾ ਹੀ ਸੀ, ਮੈਂ ਨਾਲ ਬਾਲੇ ਹਾਂ ਬਾਲ ਮੈਂ ਬਾਲੇ ਨਾਲ ਇੱਕ ਮੂਹਰੇ ਬਹਿ ਗਿਆ, ਚਾਰ ਮਗਰ ਬਹਿ ਗਏ। ਉਹ ਜਦੋਂ ਮੈਂ ਥੋੜ੍ਹੀ ਜਿਹੀ ਵਾਟ ਹੀ ਗਿਆ, ਹਜੇ ਆ ਤੁਸੀਂ ਲਾ ਲਓ ਵੀ ਆ ਟੈਂਟ ਵੀ ਨਹੀਂ ਟੱਪਿਆ ਮੈਂ, ਮੂਹਰਲੇ ਨੇ ਪਛਾਣ ਲਿਆ ਵੀ ਇਹ ਤਾਂ ਕਮਰ ਹੈ। ਤਾਂ ਉਹ ਭਰਾ ਮੈਨੂੰ ਪਤਾ ਕੀ ਕਹਿੰਦਾ, ਕਹਿੰਦਾ ਕਹਿੰਦਾ ਬਾਬਾ ਤਾਰ ਦੇ ਯਾਰ, ਲਾ ਦੇ ਸਾਨੂੰ ਇੱਥੇ। ਤਾਂ ਮੈਂ ਉਹਨੂੰ ਹੱਸੀ ਜਾਂਦਾ, ਮੈਂ ਕੀ ਗੱਲ ਜਾਣਾ ਨਹੀਂ ਕਿਤੇ। ਉਹ ਕਹਿੰਦਾ ਜੀ ਅਸੀਂ ਤਾਂ ਦੂਜੇ ਕੰਮ ਵਾਲੇ ਹੈ। ਤਾਂ ਮੈਂ ਫਿਰ ਕਰ ਲਓ, ਜੇ ਦੂਜੇ ਕੰਮ ਵਾਲੇ ਹੋ ਤਾਂ ਦੂਜਾ ਕੰਮ ਕਰ ਲਓ, ਨਹੀਂ ਜੀ ਕਹਿੰਦੇ ਤੁਹਾਡੇ ਨਾਲ ਨਹੀਂ ਕਰਨਾ। ਉਸ ਵੇਲੇ ਮੈਨੂੰ ਦੱਸੋ ਰਾਮ ਬਾਬਾ, ਉਸ ਵੇਲੇ ਮੈਨੂੰ ਦੱਸੋ, ਹੁਣ ਕੋਈ ਮੇਰੇ ਬਾਰੇ ਨਾ ਕੋਈ ਗੱਲ 'ਚ ਗਲਤ ਫਹਿਮੀ ਪਾ ਲਿਓ ਕਿ ਕਮਰ ਕੋਈ ਬਾਬਾ ਨਹੀਂ ਵੀਰਿਆ, ਇੱਕ ਗਾਉਣ ਵਾਲਾ ਗਵਾਈਆ ਹੈ, ਸੱਚ ਗਾਉਣਾ ਹੈ, ਦੇਸੀ ਘਿਓ ਵੇਚਣਾ ਹੈ, ਨਫ਼ਰਤ ਨਹੀਂ ਕਿਸੇ ਨੂੰ ਵੀ ਕਰਦਾ। ਕੋਈ ਗੱਲ ਹੁੰਦੀ ਹੈ ਤਾਂ ਉਹਦਾ ਕੋਈ ਬੇਸ ਹੈ, ਉਹਦਾ ਕੋਈ ਮਤਲਬ ਹੈ। ਇਹ ਜ਼ਾਤਾਂ ਪਾਤਾਂ ਨਹੀਂ ਚਾਹੀਦੀਆਂ ਤਾਂ ਨਹੀਂ ਚਾਹੀਦੀਆਂ, ਬੋਲੀ ਦਾ ਵੀ ਮਜ਼ਬੀ ਸਿੰਘਾ ਮਜ਼ਬ ਦਿਆ ਪੱਕਿਆ, ਤੂੰ ਰੰਗਰੇਟਾ ਗੁਰੂ ਕਾ ਬੇਟਾ, ਬੋਲੀ ਦਾ ਇੱਥੇ। ਇਹ ਸਿੱਖ ਹਿੰਦੂ ਮੁਸਲਮਾਨ ਤੋਂ ਉੱਪਰ ਖੇਡ ਖੇਡਣ ਨੂੰ ਜੀ ਕਰਦਾ ਤਾਂ ਬੋਲਦਾ ਹੈ ਕਿ ਕਦੋਂ ਤੱਕ ਅਸੀਂ ਗੁਰਦੁਆਰੇ ਮੰਦਰਾਂ ਮਸੀਤਾਂ ਵਾਲੇ ਲੜੀ ਜਾਵਾਂਗੇ, ਕਦੋਂ ਤੱਕ ਆਪਦੇ ਨੂੰ ਸਲਾਹ ਕੇ ਦੂਜੇ ਨੂੰ ਨਿੰਦੀ ਜਾਵਾਂਗੇ, ਕੀ ਖੱਟਿਆ ਸੀ ਇਹਦੇ 'ਚੋਂ। ਜੀ ਕਰਦਾ ਅੱਗ ਲੱਗੀ ਆ ਤਾਂ ਬੋਲਦਾ ਹੈ। ਤਾਂ ਉਹ ਪਹਿਲਾਂ ਵੀ ਚੋਰ ਸੀ, ਮੈਨੂੰ ਤਾਰਨ ਤੋਂ ਬਾਅਦ ਵੀ ਹੋ ਸਕਦਾ ਉਹ ਚੋਰ ਹੀ ਹੁਣ ਉਹਨਾਂ ਨੇ ਲੁੱਟਿਆ ਹੋਵੇ ਕਿਸੇ ਨੂੰ, ਪਰ ਜਿੰਨਾ ਟਾਈਮ ਮੇਰੇ ਨਾਲ ਸੀ ਮਹਾਰਾਜ ਨੇ ਉਹਨਾਂ ਨੂੰ ਚੋਰ ਨਹੀਂ ਰਹਿਣ ਦਿੱਤਾ। ਮਹਾਰਾਜ ਨੇ ਸਾਧੂ ਬਣਾਤਾ। ਮੇਰੇ ਯਾਦ ਹੈ ਮੂਹਰੇ 500 ਦਾ ਨੋਟ ਪਿਆ ਸੀ, ਮੈਂ ਜਾਂਦੇ ਨੂੰ ਜਿਹੜਾ ਮੂਹਰੇ ਖੜਾ ਸੀ ਉਹਨੂੰ ਮੈਂ 500 ਦਾ ਨੋਟ ਚੱਕ ਕੇ ਕਹੀ ਨਾ, ਮੈਂ ਰਾਤ ਦਾ ਦੁੱਧ ਪੀ ਲਿਓ ਇਹਦਾ। ਆਇਆ ਤਾਂ ਲੁੱਟਣ ਸੀ, 500 ਰੁਪਇਆ ਪਤਾ ਕਿਵੇਂ ਫੜ ਰਿਹਾ ਸੀ ਉਹ, ਸਾਡੀ ਹਾਲਤ ਹੈ ਦ੍ਰੋਪਦੀ ਦੀ ਸਾੜੀ ਵਾਲੀ, ਇੱਕ ਹੱਥ ਸਾੜੀ ਨੂੰ ਹੈ, ਇੱਕ ਨਾ ਕ੍ਰਿਸ਼ਨ ਨੂੰ ਬੁਲਾਉਂਦੀ ਹੈ, ਐਂ ਕਿਵੇਂ ਆਜੂ ਹੁਣ। ਜਾਂ ਤਾਂ ਮਾਲਪੁਰ ਵਾਲੇ ਦੋਨੇ ਸਾੜੀ ਨੂੰ ਪਾਲੋ ਵੀ ਕੀ ਆ ਬਸ, ਜੇ ਲੱਗਦਾ ਵੀ ਕੋਈ ਆਊਗਾ ਫਿਰ ਦੋਨੇ ਛੱਡ ਕੇ ਤਾਂ ਨੂੰ ਕਰ ਲਾ ਕ੍ਰਿਸ਼ਨਾ, ਉਦੋਂ ਹੀ ਆਜੂ। ਅਸੀਂ ਅੱਧੇ ਕੁ ਰੱਬ ਦੇ ਹਾਂ, ਅੱਧੇ ਕੁ ਜਗਦੇ ਹਾਂ, ਅਤੇ ਕਿਵੇਂ ਬਾਬਾ ਦੋ ਬੇੜੀਆਂ 'ਚ ਕਿਵੇਂ ਲੰਘੇਗਾ। ਜੱਗ ਦੀਆਂ ਰੀਤਾਂ ਰਿਵਾਜ਼ਾਂ ਮਰਿਆਦਾਵਾਂ ਜ਼ਰੂਰੀ ਆ, ਪਰ ਸਮਝਣਾ ਜ਼ਰੂਰੀ ਆ। ਇਸ ਕਰਕੇ ਕੋਈ ਡਰਨ ਦੀ ਲੋੜ ਨਹੀਂ ਹੈ ਬਾਬਿਓ, ਜੇ ਤੁਹਾਡੇ ਝੋਲੇ 'ਚ ਮੁਹੱਬਤ ਆ ਨਾ, ਤੁਹਾਡੇ ਅੰਦਰ ਪਿਆਰ ਹੀ ਪਿਆਰ ਹੈ, ਤਾਂ ਫਿਰ ਪਿਆਰ ਦੇ ਬਾਵਜੂਦ ਵੀ ਕੋਈ ਗੋਲੀ ਮਾਰ ਜਾਏ ਯਾਰ, ਬੜਾ ਚੰਗਾ ਲੱਗੂਗਾ, ਜਿੱਦੇ ਵੱਜੂਗੀ ਬਹੁਤ ਚੰਗਾ ਲੱਗੂਗਾ। ਕੋਈ ਊਟ ਪਟਾਂਗ ਗਾ ਕੇ ਜਾਂ ਝੂਠ ਤੂਫਾਨ ਗਾ ਕੇ ਜਾਂ ਕੋਈ ਅਗਰੈਸਿਵ ਗੱਲਾਂ ਕਰਕੇ ਥੋੜ੍ਹਾ ਮਰਾਂਗੇ ਯਾਰ, ਪਿਆਰ ਕਰਦੇ ਕਰਦੇ ਮਰ ਜਾਂਗੇ ਤਾਂ ਮਰ ਜਾਈਏ। ਔਰ ਸਾਹਿਬ ਤੁਸੀਂ ਵੀ ਜਿੰਨੇ ਬੈਠੇ ਖੜ੍ਹੇ ਹੋ ਕੋਰੇ ਕਾਗਜ਼ 'ਤੇ ਸਾਈਨ ਕਰਾ ਲਓ, ਜਿੱਦੇ ਆ ਗਈ ਰਜਾਈ 'ਚੋਂ ਚੱਕ ਕੇ ਲੈ ਜੂ, ਜਿੱਦੇ ਨਾ ਹੋਈ ਉੱਥੇ ਭਾਵੇਂ ਜਿੱਥੋਂ ਮਰਜ਼ੀ ਛਾਲ ਮਾਰੀ, ਉਹਦੇ ਲੱਤ ਬਾਂਹ 'ਚ ਟੁੱਟ ਕੇ ਸਰ ਜੂ, ਜਿੱਦੇ ਆ ਗਈ ਉਹਦੇ ਨਹੀਂ, ਉਹਦੇ ਭਾਵੇਂ ਇੱਥੇ ਜਾ ਕੇ DMC 'ਚ ਸਾਰਾ ਪੈਸਾ ਰੱਖਦੀਆਂ, ਚੱਕ ਡਾਕਟਰਾਂ 1 ਕਰੋੜ ਰੁਪਇਆ ਕਰ ਕੁਛ ਹੋਏ, ਡਾਕਟਰ ਵੀ ਕਹਿ ਦੂਗਾ ਕਨਫਰਮ ਦੋਸਤ ਆ ਹੋਏ ਤੇਰੀ ਟਿਕਟ ਵਾਪਸੀ ਦੀ ਹੈ। ਸੋ ਟਿਕਟਾਂ ਕਨਫਰਮ ਨੇ ਬਾਬਿਓ, ਸ਼ੇਰ ਨਹੀਂ ਕਹੂੰਗਾ ਬੱਬਰ, ਸ਼ੇਰ ਬਣ ਕੇ ਜਾਊਂ ਇਸ ਜ਼ਿੰਦਗੀ ਨੂੰ, ਧਰਮਾਂ ਤੋਂ ਜ਼ਾਤਾਂ ਪਾਤਾਂ ਤੋਂ ਮੋਹ ਮਾਇਆ ਤੋਂ ਉੱਪਰ ਉੱਠ ਕੇ ਜ਼ਿੰਦਗੀ ਜਿਉਂ ਕੇ ਵੇਖ ਚੱਲਾ ਬਾਬਿਓ। ਜਿਵੇਂ ਤਰਸੇਮ ਕਹਿੰਦਾ ਨਾ ਆਪਣਾ, ਜ਼ਿੰਦਾਬਾਦ ਜ਼ਿੰਦਗੀ ਹੈ, ਜ਼ਿੰਦਾ ਦਿਲ ਜ਼ਿੰਦਗੀ ਹੈ, ਇਹ ਚਿੱਲ ਜ਼ਿੰਦਗੀ ਹੈ। ਯੂ ਅੰਡਰਸਟੈਂਡ ਵਟ ਆਈ ਐਮ ਸੇਇੰਗ ਅਬਾਊਟ ਬ੍ਰਦਰ? ਆ ਜਾਓ ਨਾ ਜਾਈ, ਮਸਤਾਂ ਦੇ ਵੇਲੇ ਮਸਤ ਬਣਾ ਦੇਣਗੇ, ਤਾੜੀ ਮਾਰ ਲਓ ਛੜਿਓ।